ਧਰਮ ਪ੍ਰਚਾਰ ਕਮੇਟੀ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਨਿਭਾ ਰਹੀ ਹੈ ਅਤੇ ਬੀਬੀ ਜੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਹੁਤ ਹੀ ਵਧੀਆ ਤਰੀਕੇ ਨਾਲ ਮਹਾਰਾਸ਼ਟਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਤੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਨਿਭਾ ਰਹੇ ਹਨ। ਬੀਤੇ ਦਿਨੀ ਸਾਡੀ ਪੰਜਾਬ ਪਲੱਸ ਦੀ ਟੀਮ ਨੇ ਵਿਸ਼ੇਸ਼ ਦੌਰਾ ਕੀਤਾ ਅਤੇ ਬੀਬੀ ਜੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਸਰ ਧਰਮ ਪ੍ਰਚਾਰ ਕਮੇਟੀ ਜਿਹੜੀ ਕਿ ਕੇਵਲ ਪੰਜਾਬ ਦੇ ਵਿੱਚ ਨਹੀਂ ਬਲਕਿ ਸਾਰੇ ਹਿੰਦੁਸਤਾਨ ਦੇ ਵਿੱਚ ਉਹਦਾ ਮਿਸ਼ਨ ਹੈ ਕਿ ਅਸੀਂ ਸਿੱਖੀ ਨੂੰ ਪ੍ਰਫੁੱਲਤ ਕਰੀਏ, ਚਾਹੇ ਉਹ ਹਿੰਦੁਸਤਾਨ ਆ ਚਾਹੇ ਵਰਲਡ ਦਾ ਕੋਈ ਵੀ ਹਿੱਸਾ। ਉਹਦੇ ਤਹਿਤ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਬੀਬੀ ਜਿਹੜੀ ਕਿ ਆਪਣੀ ਸਤਿਗੁਰ ਤੇਰੀ ਓਟ ਦੇ ਨਾਮ ਦੇ ਨਾਲ ਆਪਣੀ ਸੇਵਾ ਜਿਹੜੀ ਹੈਗੀ ਆ ਕਰ ਰਹੀ ਹੈਗੀ ਮਹਾਰਾਸ਼ਟਰ ਦੇ ਵਿੱਚ, ਔਰ ਲੋਕਾਂ ਨੂੰ ਆਪਣੇ ਨਾਲ ਸਿੱਖੀ ਦੇ ਨਾਲ ਜੋੜਨ ਦੇ ਵਿੱਚ ਬਹੁਤ ਵੱਡਾ ਮੁਕਾਮ ਜਿਹੜਾ ਹੈਗਾ ਉਹ ਹਾਸਲ ਕਰ ਰਹੀ ਹੈਗੀ ਆ। ਉਹਨਾਂ ਨੂੰ ਵੀ ਜਿਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਸੁਣ ਰਹੇ ਸੀਗੇ ਕਿ ਕਿਵੇਂ ਤੁਸੀਂ ਫੈਸਿਲੀਟੇਸ਼ਨ ਦੇ ਰਹੇ ਹੋ ਕਿ ਆਪਾਂ ਸਾਰੇ ਵਰਲਡ ਦੇ ਵਿੱਚ ਜਿਹੜਾ ਸਿੱਖੀ ਦਾ ਜਿਹੜਾ ਝੰਡਾ ਹੈਗਾ ਇੱਕ ਦਿਨ ਗੱਡਣਾ, ਔਰ ਉਹਦੇ ਵਿੱਚ ਅਸੀਂ ਕੋਈ ਵੀ ਪ੍ਰਦੇਸ਼ ਹੋਵੇ ਕਿਤੇ ਵੀ ਹੋਵੇ ਹਰ ਥਾਂ ਤੇ ਸਿੱਖੀ ਨੂੰ ਪ੍ਰਫੁੱਲਤ ਕਰਨਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਜੀ ਜੋ ਸਾਡਾ ਨਾਰਾ ਹੈ ਧਰਮ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਫਤਿਹ ਬੁਲਾਉਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖੀ ਦੀ ਮਹਾਨਤਾ ਵਾਸਤੇ, ਸਿੱਖੀ ਦੇ ਫੈਲਾਓ ਵਾਸਤੇ ਜਿਹੜੇ ਕਾਰਜ ਕਰ ਰਹੀ ਹੈ ਉਹਨਾਂ ਬਾਰੇ ਤੁਸੀਂ ਸਵਾਲ ਕੀਤਾ ਅਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਇਹ ਬਹੁਤ ਵੱਡੇ ਉਪਰਾਲੇ ਜਿਹੜੇ ਆ ਉਹ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਕਰ ਰਹੇ, ਔਰ ਉਹਨੂੰ ਇੱਕ ਕਿਸੇ ਖਿੱਤੇ ਵਿੱਚ ਬੰਨ ਕੇ ਨਹੀਂ ਰੱਖਿਆ ਹੋਇਆ, ਇਹ ਵਿਸ਼ਵ ਵਿਆਪੀ, ਕਿਉਂਕਿ ਧਰਮ ਜਿਹੜਾ ਹੈ ਨਾ ਇਹ ਸਰਬੱਤ ਦਾ ਭਲਾ ਮੰਗਣ ਵਾਲਾ ਧਰਮ ਹੈ। ਇਹਦੇ ਜਿਹੜਾ ਰਹਿਬਰ ਹੋਇਆ, ਪਹਿਲਾ ਬਾਨੀ ਹੋਇਆ, ਗੁਰੂ ਨਾਨਕ ਦੇਵ ਪਾਤਸ਼ਾਹ ਹੋਏ ਨੇ, ਉਹਨਾਂ ਨੇ ਸਾਨੂੰ ਇਹ ਸਭ ਤੋਂ ਪਹਿਲਾਂ ਜੋ ਮਾਟੋ ਦਿੱਤਾ ਉਹ ਹੀ ਦਿੱਤਾ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ ਆ ਅਤੇ ਸਰਬੱਤ ਦੇ ਭਲੇ ਵਾਸਤੇ ਹੀ ਕਾਰਜ ਕਰਦੀ ਹੈ, ਉਹਦੇ ਨਾਲ ਦੀ ਨਾਲ ਆਪਣੇ ਧਰਮ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ। ਜਿਵੇਂ ਕਿ ਤੁਸੀਂ ਬੀਬੀ ਜੀ ਹੋਰਾਂ ਬਾਰੇ ਗੱਲ ਕੀਤੀ, ਇਹ ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡੀ ਸੇਵਾ ਜਿਹੜੀ ਇਹਨਾਂ ਆਰੰਭ ਕੀਤੀ ਆ, ਔਰ ਉਹਨਾਂ ਲੋਕਾਂ ਦੀ ਸੇਵਾ ਆਰੰਭ ਕੀਤੀ ਆ ਜਿਹੜੇ ਸਾਡਾ ਇੱਕ ਟੁੱਟ ਅੰਗ ਆ, ਸਿਕਲੀਕਰ ਵਣਜਾਰੇ ਜਿਹੜੇ ਸਿੱਖ ਨੇ ਉਹ ਕਿਸੇ ਕਾਰਨ ਕਰਕੇ ਬਾਹਰ ਰਹਿੰਦੇ ਆ, ਗਰੀਬੀ ਥੋੜ੍ਹੀ ਜਿਹੀ ਉਹਨਾਂ ਦੀ ਜਿਹੜੀ ਆਰਥਿਕ ਦਸ਼ਾ ਉਹ ਕਮਜ਼ੋਰ ਹੈ, ਪਰ ਸਿੱਖੀ ਵਿੱਚ ਬੜੇ ਪਰਪੱਕ ਨੇ, ਉਹਨਾਂ ਨੂੰ ਸੰਭਾਲਣ ਦਾ ਯਤਨ ਇਹ ਭੈਣ ਜੀ ਕਰ ਰਹੇ ਨੇ, ਔਰ ਬਹੁਤ ਹੀ ਵੱਡਾ ਉਪਰਾਲਾ ਇਹਨਾਂ ਦਾ ਜਿਹੜਾ ਇਹਨਾਂ ਨੇ ਉੱਥੇ ਚੁੱਕਿਆ ਸ਼ੁਰੂ ਕੀਤਾ ਹੈ। ਅਤੇ ਮੈਂ ਸਮਝਦਾ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਹਨਾਂ ਪਹਿਲੀ ਵਾਰ ਹੀ ਆਣ ਕੇ ਸੰਪਰਕ ਕੀਤਾ ਹੈ ਕਿ ਤੁਸੀਂ, ਮੈਂ ਆਪਣੇ ਤੌਰ 'ਤੇ ਏਡੇ ਵੱਡੇ ਉਪਰਾਲੇ ਕਰਦੀ ਹਾਂ ਅਤੇ ਮੈਨੂੰ ਕੋਈ ਛਤਰਛਾਇਆ ਚਾਹੀਦੀ ਹੈ ਜਿਹੜੀ ਕਿ ਇੱਕ ਸਰਮਾਉ ਸੰਸਥਾ ਹੈ ਉਹਦੀ। ਅਸੀਂ ਧਰਮ ਪ੍ਰਚਾਰ ਕਮੇਟੀ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਵਾਇਆ, ਇਹ ਗੱਲ ਇਹ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਬਣੀ ਸਿੱਖਾਂ ਦੇ ਭਲੇ ਵਾਸਤੇ, ਉਹ ਸਰਬੱਤ ਦਾ ਜੋ ਭਲਾ ਹੈ ਉਹ ਮੰਗਣ ਵਾਸਤੇ ਜਿਹੜੀ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਫਲਸਫਾ ਦਿੱਤਾ ਉਹ 'ਤੇ ਕੰਮ ਕਰ ਰਹੀ ਹੈ। ਜਿਹੜੇ ਸਾਡੇ ਕੋਲ ਆਉਂਦੇ ਨੇ ਮਰੀਜ਼ ਆਉਂਦੇ ਨੇ, ਚਾਹੇ ਕੋਈ ਪੜ੍ਹਾਈ ਵਾਸਤੇ ਆਉਂਦੇ ਨੇ, ਜਿਵੇਂ ਕਿ ਪਿੱਛੇ ਅਸੀਂ ਜਿਹੜੇ ਸਾਡੇ ਬੱਚੇ ਸਾਬਤ ਸੂਰਤ ਨੇ, ਉਹਦੇ ਵਿੱਚ ਸਿੱਖੀ ਦਾ ਮਾਟੋ ਪਹਿਲਾਂ ਰੱਖਣਾ ਹੈ। ਸਾਬਤ ਸੂਰਤ ਬੱਚੇ ਨੇ ਉਹ ਉਚੇਰੀ ਵਿੱਦਿਆ ਵਾਸਤੇ ਜੇ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ, ਕਿਸੇ ਫੀਸ ਦੀ ਮੁਸ਼ਕਲ ਆਉਂਦੀ ਆ ਜਾਂ ਹੋਰ ਆਉਂਦੀਆਂ ਨੇ, ਉਹਦਾ ਹੱਲ ਕਰਨ ਵਾਸਤੇ ਅਸੀਂ ਤਤਪਰ ਹੀ ਨੇ, ਔਰ ਜਿਹੜੇ ਸਾਡੇ ਕੋਲ ਪਹੁੰਚ ਕਰਦੇ ਨੇ ਉਹਨਾਂ ਵਾਸਤੇ ਅਸੀਂ ਦਿਲ ਖੋਲ੍ਹ ਕੇ ਉਹਨਾਂ ਦੀ ਮਦਦ ਵੀ ਕਰਦੇ, ਉਹਨਾਂ ਦੀਆਂ ਫੀਸਾਂ ਵੀ ਦਿੰਦੇ ਹਾਂ। ਹੁਣ ਜਿਹੜੇ ਸਿਕਲੀਕਰ ਬੱਚੇ ਨੇ ਜਿਨ੍ਹਾਂ ਦੀ ਤੁਸੀਂ, ਮੈਂ ਜ਼ਿਆਦਾ ਤਾਂ ਇਸ ਵਾਸਤੇ ਧਿਆਨ ਦੇ ਰਿਹਾ ਕਿ ਭੈਣ ਜੀ ਹੋਰਾਂ ਨੇ ਉੱਥੇ ਜਿਹੜਾ ਸਿੱਖ ਸਮਾਜ ਸਾਡਾ ਸਿਰਜਿਆ ਉੱਥੇ, ਜਿਹੜੇ ਉਹ ਸਿਕਲੀਕਰ ਵਣਜਾਰੇ ਬੱਚੇ ਸਕੂਲਾਂ 'ਚ ਪੜ੍ਹਦੇ ਸੀ ਉਹ ਇਸ ਕਰਕੇ ਨਹੀਂ ਸੀ ਪੜ੍ਹ ਰਹੇ, ਉਹ ਜਹਾਲਤ ਵਾਲੇ ਬੰਨੇ ਤੁਰੇ ਜਾਂਦੇ ਸੀ ਕਿ ਉਹਨਾਂ ਕੋਲ ਦੇਣ ਨੂੰ ਫੀਸ ਸੀ। ਇਹਨਾਂ ਨੇ ਆਪਣੀ ਪੋਕਟ ਦੇ ਵਿੱਚੋਂ ਬੜਾ ਵੱਡਾ ਕੰਮ ਕੀਤਾ ਹੈ, ਅਤੇ ਉਹਦੇ ਵਾਸਤੇ ਮੈਂ ਇਹਨਾਂ ਨੂੰ ਦੱਸਣਾ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਜਿਵੇਂ ਕਿ ਸਿਕਲੀਕਰ ਵਣਜਾਰੇ ਰਾਏਪੁਰ 'ਚ ਵੱਸਦੇ ਨੇ, ਛੱਤੀਸਗੜ੍ਹ 'ਚ ਵੱਸਦੇ ਨੇ, ਜਿਵੇਂ ਕਿ ਆਂਧਰਾ 'ਚ ਵੱਸਦੇ ਨੇ, ਵਿਜੇਵਾੜਾ ਵੱਸਦੇ ਨੇ, ਜਿਵੇਂ ਕਿ ਤਲਗਾਨਾ ਵਿੱਚ ਨੇ, ਉਹਨਾਂ ਸਾਰਿਆਂ ਦੀਆਂ ਸਕੂਲਾਂ ਦੀਆਂ ਜਿਹੜੇ ਜਿਹੜੇ ਸਾਡੇ ਕੋਲ ਸਕੂਲਾਂ ਵੱਲੋਂ, ਦੇਖੋ ਜੀ ਹਰ ਗੱਲ ਦਾ ਕੋਈ ਨਾ ਕੋਈ ਇੱਕ, ਮੈਂ ਬੇਨਤੀ ਕਰਾਂ ਕਿ ਜਿਵੇਂ ਕਿ ਤੁਸੀਂ ਪਹਿਲਾਂ ਕਿਹਾ ਕਿ ਛਲ ਕਪ ਤੋਂ ਬਿਨਾਂ, ਤੁਹਾਡੀ ਗੱਲ ਦਾ ਮੈਂ ਜਵਾਬ ਦੇਣ ਲੱਗਾ,
ਕਿ ਜਿਹੜੇ ਬਿਲਕੁਲ ਸੱਚਾਈ ਦੇ ਤੌਰ ਤੇ ਸਾਨੂੰ ਆਪਣੀ ਡਿਮਾਂਡਸ ਭੇਜਦੇ ਨੇ, ਸਾਡੇ ਕੋਲ ਪ੍ਰੂਫ ਲੈ ਕੇ ਆਉਂਦੇ ਨੇ ਕਿ ਸਾਡੇ ਬੱਚੇ ਫਲਾਣੇ ਸਕੂਲਾਂ 'ਚ ਪੜ੍ਹੇ, ਤੇ ਅਸੀਂ ਉਹ ਚੈੱਕ ਫੀਸਾਂ ਦੇ ਉਹਨਾਂ ਸਕੂਲਾਂ ਦੇ ਬੱਚਿਆਂ ਨੂੰ ਦਿੰਦੇ ਤੇ ਪ੍ਰਿੰਸੀਪਲਾਂ ਨੂੰ ਜਾ ਕੇ ਦਿੰਦੇ ਹਾਂ, ਉਹਨਾਂ ਦੇ ਸਕੂਲਾਂ ਵਿੱਚ ਪ੍ਰੋਵਾਈਡ ਕਰਕੇ ਸਾਡੇ ਨੁਮਾਇੰਦੇ ਜਾਂਦੇ ਨੇ, ਉਹਨਾਂ ਵਿੱਚ ਦੇਖ ਕੇ ਆਉਂਦੇ ਸਾਡੀ ਜਿਹੜੀ ਜਿਹੜੀ ਸੋਚ ਹੈ ਸਮਾਜ ਦੀ, ਤਾਂ ਕਿ ਸਾਡੇ ਬੱਚੇ ਜਿਹੜੇ ਸਿੱਖ ਸਮਾਜ ਨੂੰ ਪੜ੍ਹਾਏ ਅਪਣਾ ਚੁੱਕੇ ਨੇ ਉਹ ਵਧੀਆ ਪੜ੍ਹਾਈ ਕਰ ਸਕਣ, ਉਹਨਾਂ ਦਾ ਵਧੀਆ ਜਿਹੜਾ ਕਿਰਦਾਰ ਬਣੇ, ਉਹਨਾਂ ਨੂੰ ਜਿੱਥੇ ਰੂਹਾਨੀਅਤ ਦੀ ਪੜ੍ਹਾਈ ਕਰਨ ਵਾਸਤੇ ਉਪਰਾਲੇ ਚੱਲ ਰਹੇ ਨੇ, ਉੱਥੇ ਦੁਨਿਆਵੀ ਪੜ੍ਹਾਈ ਵਾਸਤੇ ਵੀ ਉਹਨਾਂ ਦਾ ਨਾਲ ਨਾਲ ਜਿਹੜਾ ਪੱਧਰ ਜੀਵਨ ਪੱਧਰ ਉੱਚਾ ਉੱਠ, ਤਾਂ ਕਿ ਉਹ ਆਪਣੇ ਪਰਿਵਾਰਾਂ ਦੀ ਸਿਹਤ ਸੰਭਾਲ ਜਿਹੜੀ ਆ ਵਧੀਆ ਤਰੀਕੇ ਨਾਲ ਕਰ ਸਕਣ। ਇਸੇ ਤਰ੍ਹਾਂ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਸੇਵਾਵਾਂ ਨੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰ ਪ੍ਰਚਾਰੀਆਂ ਨਹੀਂ ਜਾਂਦੀਆਂ, ਕਿਉਂਕਿ ਇਹਦਾ ਕੰਮ ਤਾਂ ਹੈਗਾ ਪ੍ਰਚਾਰ ਕਰਨ ਤੋਂ। ਇਹ ਆਮ ਬੰਦੇ ਕੀ ਕਰਦੇ ਨੇ, ਉਹ ਸੰਸਥਾਵਾਂ ਐਸੀਆਂ ਨੇ ਜਿਹੜੀਆਂ ਕੰਮ ਤਾਂ ਕਰਦੀਆਂ ਨੇ ਇੱਕ ਟਕੇ ਦਾ ਅਤੇ 98 ਪੈਸਿਆਂ ਦਾ ਉਹ ਪ੍ਰਚਾਰ ਕਰਦੀਆਂ, ਪਰ ਇਹ ਇੱਕ ਸਰਮੌਰ ਸੰਸਥਾ ਐਸੀ ਆ ਜਿਹਨੇ ਪ੍ਰਚਾਰ ਕਰਨ ਵਿੱਚ ਹੀ ਆਪਣੀ ਧੁਨ ਪ੍ਰਚਾਰ ਵਾਲੇ ਪਾਸੇ ਨਹੀਂ ਆਪਣੀ ਧੁਨ ਇੱਕੋ ਪਾਸੇ ਰੱਖੀ ਕਿ ਲੋਕਾਂ ਦਾ ਭਲਾ ਕਿਸ ਤਰ੍ਹਾਂ ਹੋਣਾ। ਧੰਨਵਾਦ ਜੀ ਤੁਹਾਡਾ, ਤੁਸੀਂ ਇਹ ਸਮਾਂ ਗੱਲਬਾਤ ਕੀਤੀ ਹੈ, ਅਤੇ ਮੈਂ ਫਿਰ ਤੁਹਾਡਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਸੰਗਤ ਦੇ ਵਿੱਚ ਲੁਕਾਈ ਦੇ ਵਿੱਚ ਇੱਕ ਅਵੇਅਰਨੈਸ ਜਾਏਗੀ ਕਿ ਸ਼੍ਰੋਮਣੀ ਦੇਖੋ ਜੇ ਇੱਥੇ ਸੰਗਤ ਦਰਸ਼ਨ ਦਰਾਰੇ ਕਰਨ ਆਉਂਦੀ ਹੈ ਦਰਬਾਰ ਸਾਹਿਬ, ਲੱਖਾਂ ਤਾਦਾਦ 'ਚ ਆਉਂਦੇ, ਉਹਨਾਂ ਲੱਖਾਂ ਸੰਗਤ ਵਿੱਚ ਆਏ ਹੋਏ ਪ੍ਰਾਣੀਆਂ ਨੂੰ ਗੁਰੂ ਘਰ ਲੰਗਰ ਰਿਹਾਇਸ਼ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ, ਜੇ ਇੱਥੇ ਕਿਸੇ ਨੂੰ ਮੁਸ਼ਕਿਲ ਆ ਜਾਂਦੀ ਹੈ ਦਵਾਈ ਵਗੈਰਾ ਦੀ, ਅਤੇ ਉਸੇ ਵੇਲੇ ਲਾਗੇ ਡਿਸਪੈਂਸਰੀਆਂ ਨੇ, ਉੱਥੇ ਜਾ ਕੇ ਉਹ ਆਪਣੇ ਇਲਾਜ ਵੀ ਕਰਾਉਂਦੇ ਨੇ। ਸਾਰੇ ਪ੍ਰਬੰਧ ਜਿਹੜੇ ਨੇ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਰ ਵੇਲੇ ਤਤਪਰ ਹੈਗੀ ਹੈ, ਅਤੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ 'ਤੇ ਬੁਲਾ ਕਰਕੇ ਇਹ ਸਾਡੇ ਕੋਲੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਗੇ ਕੰਮ ਕਰ ਰਹੇ ਹਨ ਉਹਨਾਂ ਬਾਰੇ ਜਾਣਨ ਦਾ ਯਤਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜਦੋਂ ਤੁਸੀਂ ਆਪਣੀ ਗ੍ਰੈਜੂਏਸ਼ਨ ਕੀਤੀ, ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਮੈਂ ਇੱਕ ਪਾਸੇ ਸਰਵਿਸ ਚੱਕਾ ਚੌਂਕ ਸਰਵਿਸ ਸੀਗੀ ਔਰ ਇੱਕ ਪਾਸੇ ਸੀਗੀ ਹਮੇਟੀ ਦੀ ਸਰਵਿਸ, ਕਿਵੇਂ ਤੁਸੀਂ ਹਮੇਟੀ ਦੀ ਸਰਵਿਸ ਚੂਜ਼ ਕੀਤੀ ਔਰ ਸਤਿਗੁਰੂ ਤੇਰੀ ਓਟ ਬਣਾ ਕੇ ਇੱਕ ਆਪਣੇ ਮੁਕਾਮ ਹਾਸਲ ਕੀਤਾ ਹੈਗਾ? ਅੱਜ ਅਸੀਂ ਦੇਖ ਰਹੇ ਹਾਂ ਕਿ SGPC ਤੱਕ ਜਿਹੜਾ ਹੈਗਾ ਇਸਨੇ ਧੁੱਬਾਂ ਪਈਆਂ ਨੇ ਔਰ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਇਹ ਬੇਟੀ ਪੰਜਾਬ ਦੀ ਬੇਟੀ ਜਿਹੜੀ ਪੰਜਾਬ 'ਚੋਂ ਜਾ ਕੇ ਅੱਜ ਇੰਨੇ ਲੋਕ ਆ ਜਿਹੜੇ ਉੱਠਦੇ ਆ, ਅਰਬਾਂ ਰੁਪਈਏ ਕਮਾ ਲੈਂਦੇ ਆ, ਲੇਕਿਨ ਉਹ ਰੁਪਈਏ ਕਮਾ ਕੇ ਆਪਦੇ ਕੋਲ ਰੱਖ ਕੇ ਆਪਦੇ ਬੱਚਿਆਂ ਨੂੰ ਦੇ ਕੇ, ਲੇਕਿਨ ਜੋ ਇਨਸਾਨ ਅੱਜ ਉੱਪਰ ਭਗਵਾਨ ਉਹਨੂੰ ਜਿਹੜਾ ਉੱਪਰ ਚੱਕ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਪੰਜਾਬ ਪਲੱਸ ਚੈਨਲ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਸ ਯੋਗ ਸਮਝਿਆ ਕਿ ਇਹ ਜੋ ਸਾਡੀਆਂ ਗਤੀਵਿਧੀਆਂ ਹਨ ਤੁਸੀਂ ਸੰਗਤਾਂ ਦੇ ਸਾਹਮਣੇ ਰੱਖ ਰਹੇ ਹੋ। ਹਾਂ, ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਅਸੀਂ ਗੌਰਮੈਂਟ ਜੋਬ 'ਤੇ ਮੈਂ ਹਰ ਇੰਟਰਵਿਊ 'ਚ ਕਹਿੰਦੀਆਂ ਕਰ ਰਹੇ ਸੀ, ਲੇਕਿਨ ਜਦੋਂ ਅਸੀਂ 84 ਵਿੱਚ ਮੇਰੇ ਲੋਸ ਚੰਡੀਗੜ੍ਹ ਸੀ ਅਤੇ ਸ਼ਿਫਟ ਹੋ ਕੇ ਬੰਬੇ ਚਲੇ ਗਏ ਅਤੇ ਫਿਰ ਇਹਨਾਂ ਨੇ ਬੋਲਿਆ ਕਿ ਜੋਬ ਨਹੀਂ ਕਰਨੀ, ਫਿਰ ਮੈਨੂੰ ਲੱਗਾ ਕਿ ਨਹੀਂ ਮੈਨੂੰ ਪੰਜਾਬੀ ਆਉਂਦੀ ਹੈ, ਅਤੇ ਮੈਂ ਪੰਜਾਬੀ ਦੇ ਸਹਾਰੇ ਨਾਲ ਫਿਰ ਸੀਨੀਅਰ ਸਿਟੀਜ਼ਨ ਮਾਤਾਵਾਂ ਨੂੰ ਇਕੱਠੇ ਕਰਕੇ ਸੋਸ਼ਲ ਸਰਵਿਸ ਸੁਸਾਇਟੀ ਬਣਾਈ, ਫਿਰ ਪੰਜਾਬੀ ਦੀਆਂ ਕਲਾਸਾਂ ਲਗਾਉਣੀਆਂ ਚਾਲੂ ਕਰ ਦਿੱਤੀਆਂ। ਅਗਲੇ ਕਾਰਜ ਫਿਰ ਆਪਣੇ ਆਪ ਹੀ ਸ਼ੁਰੂ ਹੋ ਗਏ। ਫਿਰ ਜਿੱਦਾਂ ਅਸੀਂ ਉੱਥੇ ਅਪਰ ਸਿੰਘ ਖਾਲਸਾ ਭਾਈ ਸਾਹਿਬ ਜੀ ਆਉਂਦੇ ਸੀ, ਉਹਨਾਂ ਨੇ ਕਥਾ ਕਰਨੀ, ਸੰਗਤਾਂ ਦੇ ਘਰਾਂ 'ਚ ਆਉਣਾ, ਉਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਲੈ ਕੇ ਜਾਣਾ, ਹਰਿਮੰਦਰ ਸਾਹਿਬ ਤੋਂ ਰਾਗੀ ਸਿੰਘ ਬੁਲਾ ਕੇ ਥਾਂ ਥਾਂ 'ਤੇ ਪ੍ਰਚਾਰ ਕਰਨੇ ਚਾਲੂ ਕਰ ਦਿੱਤੇ। ਉਸ ਸਮੇਂ ਬਾਅਦ ਫਿਰ ਅਸੀਂ ਉਸ ਏਰੀਏ ਉੱਥੇ ਥਾਣੇ ਤੋਂ ਫਿਰ ਗੋਡਬੰਦਰ ਨਵਾਂ ਏਰੀਆ ਉੱਥੇ ਸ਼ਿਫਟ ਹੋ ਗਏ, ਬਿਲਕੁਲ ਨਵਾਂ, ਜਿੱਦਾਂ ਇੱਥੇ ਅਸੀਂ ਪੰਜਾਬ ਦੇ ਵਿੱਚ ਨਵੇਂ ਏਰੀਆ ਡਿਵੈਲਪ ਹੁੰਦੇ ਆ। ਉੱਥੇ ਫਿਰ ਸਾਰੀਆਂ ਸੰਗਤਾਂ ਕਹਿਣ ਲੱਗੇ ਕਿ ਹੁਣ ਭੈਣ ਜੀ ਗੁਰੂ ਘਰ ਇੱਥੇ ਚਾਹੀਦਾ ਹੈ। ਫਿਰ ਮਹਾਰਾਜ ਦੀ ਕਿਰਪਾ ਨੇ ਉਹ ਵੀ ਸਾਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਘਰ ਦੀ ਜਗ੍ਹਾ ਖਰੀਦਣ ਤੱਕ ਦਾ ਸਾਰਾ ਮੌਕਾ ਸਾਡੇ ਹੱਥੀਂ ਹੋਇਆ। ਫਿਰ ਸ਼੍ਰੀ ਗੁਰੂ ਨਾਨਕ ਦਰਬਾਰ ਬਣਿਆ, ਉੱਥੇ ਵੀ ਸਾਰੀਆਂ ਸੰਗਤਾਂ ਨੇ ਸਾਨੂੰ, ਮੈਂ ਐਕਚੁਅਲੀ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਇੱਕ ਔਰਤ ਹੋ ਕੇ ਕੰਮ ਕਰ ਰਹੀ ਹਾਂ। ਜਿਹੜੀ ਸਾਡੀ ਟੀਮ ਹੈ ਗੋਡਬੰਦਰ ਦੀ ਸੰਗਤ ਹੈ ਵੀਰ ਜੀ, ਉਹਨਾਂ ਨੇ ਉਹ ਮੇਰੇ ਨਾਲ ਇੱਦਾਂ ਇੱਕਦਮ ਜੁੜੇ ਹੋਏ ਨਾ, ਅਸੀਂ ਇੱਕ ਦੂਜੇ ਦੇ ਨਾਲ ਇੰਨੇ ਅਟੈਚ ਹੈ ਨਾ, ਸਮਝ ਨਹੀਂ ਲੱਗੀ ਕਿ ਇਹ ਟਾਈਮ ਜਿਹੜਾ 10-15 ਸਾਲ ਦਾ ਕਿੱਦਾਂ ਨਿਕਲ ਗਿਆ। ਉਹਦੇ ਵਿੱਚ ਅਸੀਂ ਸਲਮ ਚਿਲਡਰਨਸ ਦੀ ਉੱਥੇ ਐਜੂਕੇਸ਼ਨ ਦਾ ਕੰਮ ਕਰ ਰਹੇ ਸੀ ਨਾਲ ਨਾਲ, ਉਹ ਮੈਨੂੰ ਸ਼ੁਰੂ ਤੋਂ ਲੱਗਦਾ ਕਿ ਐਜੂਕੇਸ਼ਨ ਮਸਟ ਹੈ। ਫਿਰ ਐਜੂਕੇਸ਼ਨ ਬੱਚਿਆਂ ਨੂੰ, ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ, ਉਹਦੇ ਵਿੱਚ ਦੂਸਰੇ ਵੀ ਬੱਚੇ ਮਹਾਰਾਸ਼ਟਰ ਬੱਚੇ ਵੀ ਮੈਥੋਂ ਆ ਕੇ ਪੰਜਾਬੀ ਪੜ੍ਹਦੇ ਨੇ, ਹਿੰਦੂ ਫੈਮਿਲੀ ਦੇ ਬੱਚੇ ਵੀ ਪੰਜਾਬੀ ਪੜ੍ਹਦੇ ਹਨ, ਉਹ ਸਾਨੂੰ ਕਦੇ ਲੱਗਦਾ ਨਹੀਂ ਕਿ ਅਸੀਂ ਦੂਸਰੀ ਕਮਿਊਨਿਟੀ ਵਾਸਤੇ ਕੰਮ ਕਰ ਰਹੇ ਹਾਂ। ਅਤੇ ਫਿਰ ਉਸ ਤੋਂ ਬਾਅਦ ਉਹਦੇ ਵਿੱਚੋਂ ਫਿਰ ਸਤਿਗੁਰੂ ਤੇਰੀ ਓ ਟਰਸਟ ਨਿਕਲਿਆ, ਜਿਹੜਾ ਅਸੀਂ ਬਾਹਰ ਨਿਕਲ ਕੇ ਸ੍ਰੀ ਘਰ ਸਮਾਜ ਦੇ ਉਹਨਾਂ ਦੀਆਂ ਚੁਣੌਤੀਆਂ ਲੱਭਣੀਆਂ ਚਾਲੂ ਕੀਤੀਆਂ, ਵਣਜਾਰੇ ਸਿੱਖਾਂ ਦੀਆਂ, ਫਿਰ ਆਪਣੇ ਸਿੱਖ ਬੱਚਿਆਂ ਦੀਆਂ, ਪੰਜਾਬ ਤੋਂ ਬਾਹਰ ਬੱਚਿਆਂ ਦੀਆਂ,
ਜਾਂ ਜਿਹੜੇ ਬੰਬੇ ਦੇ ਵਿੱਚ ਜਿਹੜੇ ਆਪਣੇ ਬ੍ਰਿਜ ਦੇ ਥੱਲੇ ਲੋਕ ਸੌਂਦੇ ਹਨ, ਉਹਨਾਂ ਦੀਆਂ ਬੱਚਿਆਂ ਨੂੰ ਖੋਜਣਾ ਚਾਲੂ ਕੀਤਾ ਕਿ ਇਹਨਾਂ ਬੱਚਿਆਂ ਨੂੰ ਕਿਉਂ ਨਾ ਪੜ੍ਹਾਇਆ ਜਾਏ। ਉਸ ਤਰ੍ਹਾਂ ਫਿਰ ਸਤਿਗੁਰ ਤੇਰੀ ਓਟਰਸ ਉਹਦੇ ਵਿੱਚੋਂ ਵੀ ਸਾਡੇ ਸ਼੍ਰੀ ਗੁਰੂ ਨਾਨਕ ਦਰਬਾਰ ਦੇ ਵਿੱਚੋਂ ਹੀ ਪੈਦਾ ਹੋ ਰਿਹਾ। ਫਿਰ ਉਸ ਨਾਲ ਜਦੋਂ ਅਸੀਂ ਸਰਵੇ ਕੀਤਾ, ਸਰਵੇ ਕਰਕੇ ਦੇਖਿਆ ਕਿ ਜਿਹੜਾ ਸਿਗਲੀਗਰ ਸਮਾਜ ਹੈ, ਮੈਂ ਜੇ ਥੋੜ੍ਹੀ ਬਾਤ ਹਿੰਦੀ ਮੈਂ ਕਰੂੰਗੀ ਕਿਉਂਕਿ ਸਿਗਲੀਗਰ ਸਮਾਜ ਹੈ, ਮੈਂ ਹਰ ਚੈਨਲ ਪਰ ਹਿੰਦੀ ਮੈਂ ਬਾਤ ਇਸ ਲਈ ਕਰਦੀ ਹੂੰ ਕਿ ਜਿਸ ਕੇ ਲੀਏ ਹਮ ਬਾਤ ਕਰ ਰਹੇ ਹੈ ਉਨਕੋ ਸਮਝ ਆਨੀ ਚਾਹੀਏ। ਉਹ ਇਤਨੇ ਅੱਛੇ ਔਰ ਇਤਨੇ ਜੁਝਾਰੂ ਲੋਕ ਹੈ ਨਾ, ਲੇਕਿਨ ਉਨ ਲੋਕੋਂ ਕੀ ਪਰਵਰਿਸ਼ ਪ੍ਰੋਪਰ ਨਹੀਂ ਹੋਈ। ਸ਼ਾਇਦ ਬਹੁਤ ਐਨ ਜੀ ਓਜ਼ ਉਧਰ ਆ ਕੇ ਉਨ ਲੋਕੋਂ ਨੇ ਉਨਕੋ ਦੇਖਾ, ਲੇਕਿਨ ਕਾਮ ਪ੍ਰੋਪਰ ਵੇ ਨਹੀਂ ਕਿਸੀ ਨੇ ਪਹਿਲੇ ਨਹੀਂ ਕੀਆ ਥਾ, ਲੇਕਿਨ ਅਭੀ ਬਹੁਤ ਜਗ੍ਹਾ ਪੇ ਐਨ ਜੀ ਓਜ਼ ਵੀ ਕਾਮ ਕਰ ਰਹੇ ਇਨ ਲੋਕੋਂ ਕੇ ਲੀਏ। ਤੋ ਲੇਕਿਨ ਸਬਸੇ ਉਨਕੀ ਜੇ ਸਮੱਸਿਆ ਜ਼ਿਆਦਾ ਹੈ ਇਨ ਲੋਕੋਂ ਕੋ ਜੋ ਮੈਨੇ ਦੇਖਾ ਕਿ ਇਨਕੀ ਐਜੂਕੇਸ਼ਨ ਇਨਕੇ ਪਾਸ ਨਹੀਂ ਹੈ, ਔਰ ਐਜੂਕੇਸ਼ਨ ਨਾ ਹੋ ਨਾ ਉਸਕਾ ਐਜੂਕੇਸ਼ਨ ਕਿਉਂ ਨਹੀਂ ਹੈ, ਉਸਕਾ ਕਾਰਨ ਕਿਆ ਮੇਰੇ ਕੋ ਜੇ ਮਹਿਸੂਸ ਹੋਇਆ ਕਿ ਉਨ ਲੋਕੋਂ ਕੇ ਪਾਸ ਗੱਲ ਨਹੀਂ ਹੈ, ਹੈ ਨਾ। ਉਹ ਤੇ ਬੇਚਾਰੇ ਕਿੱਧਰ ਵੀ ਬੈਠੇ ਹੋਏ ਆ ਆਪਣੀ ਟੱਪਰੀ ਲਗਾ ਕੇ, ਕੋਈ ਵੀ ਉਠਾ ਦਿੱਤਾ ਟੱਪਰੀ ਉਠਾ ਕੇ ਦੂਸਰੀ ਜਗ੍ਹਾ ਪੇ ਲਗਾ ਲੇਤੇ ਹੈ। ਤੋ ਫਿਰ ਇਸ ਲਈ ਮਨ ਮੈਂ ਲਗਾ ਕਿ ਨਹੀਂ ਪਰਮਾਤਮਾ, ਹਮਾਰੇ ਜੋ ਮੇਰੇ ਜੋ ਬੱਚੇ ਨੇ ਦੋਨੋਂ ਆਪਣੇ ਇਤਨੇ ਬੜੇ ਕਰ ਦੀਏ, ਬੇਟੀ ਵੀ ਵੈਲ ਸੈਟਲਡ ਹੈ, ਬੇਟਾ ਵੈਲ ਸੈਟਲਡ ਹੈ, ਘਰ ਮੈਂ ਵੀ ਆਪ ਪਰਮਾਤਮਾ ਆਗੇ ਕੰਮ ਕਰ ਦਿੱਤੇ ਹੋ, ਤੇ ਜਿਤਨਾ ਹਮਾਰਾ ਜੀਵਨ ਹੈ ਹਮ ਪੂਰਾ ਉਨ ਲੋਕੋਂ ਕੇ ਲੀਏ ਸਮਰਪਿਤ ਕੀਆ ਹੋਇਆ ਹੈ। ਮੇਰੇ ਕੋ ਤੇ ਐਸਾ ਲੱਗਦਾ ਹੈ, ਮੇਰੇ ਕੋ ਮੈਂ ਤੇ ਐਸਾ ਸੋਚਦੀ ਹਾਂ ਕਿ ਮੇਰੇ ਜਿਨ ਲੋਕੋਂ ਕੇ ਸਾਥ ਮੈਂ ਜੁੜੀ ਹੂੰ ਸਾਰੇ ਮੇਰੇ ਆਪਣੇ ਬੱਚੇ ਹੈ, ਮੈਂ ਕਭੀ ਕਿਸੀ ਕੋ ਬੋਲਤੀ ਨਹੀਂ ਕਹਿੰਦੀ ਮੇਰੇ ਬੱਚੇ ਨਹੀਂ, ਮੇਰੇ ਕੋ ਮੇਰੇ ਆਪਣੇ ਦੋਨੋਂ ਬੱਚੋਂ ਸੇ ਜ਼ਿਆਦਾ ਮੇਰੇ ਕੋ ਉਹ ਬੱਚੇ ਹੈ, ਉਹ ਮੈਂ ਆਪਣੇ ਬੱਚੋਂ ਕੋ ਮੈਂ ਕਭੀ ਯਾਦ ਕਰੂੰ ਨਾ ਕਰੂੰ, ਲੇਕਿਨ 24 ਆਵਰਸ ਮੇਰੇ ਉਹ ਅੰਦਰ ਨਾ ਐਸੀ ਚੇਨ ਚੱਲਦੀ ਰਹੀ, ਤੈਨੂੰ ਬੱਚੋਂ ਕੀ ਸ਼ਕਲ ਮੇਰੇ ਸਾਹਮਣੇ ਆਤੀ ਰਹਿਤੀ ਕਿ ਪਰਮਾਤਮਾ ਇਤਨੀ ਕਿਰਪਾ ਕਰਦੇ ਕਿ ਇਹਦਾ ਜੀਵਨ ਸਫਲ ਜਾਏ। ਜੇ 10 ਬੱਚੇ ਵੀ ਬਣ ਗਏ ਤਾਂ ਸਮਝੋ ਕਿ ਉਹ 10 ਬੱਚੇ ਆ ਗਏ, ਉਨਕੇ ਬੱਚੇ ਕਿਤਨੇ ਹੋਏ ਗਏ, ਉਹ ਵੀ ਸੈੱਟ ਹੋ ਜਾਏ। ਬਿਲਕੁਲ, ਉਹ ਜੈਸੇ ਇਹ ਨੂੰ ਕੰਮ ਕਰ ਰਹੇ ਪਟੌਦਾ ਮਹਾਰਾਸ਼ਟਰ ਮੈਂ, ਉਹ ਆਪ ਜਾ ਕੇ ਕਭੀ ਆਪਕੋ ਮੌਕਾ ਮਿਲੇ ਆਪ ਆਓ, ਹਮ ਆਪਕੋ ਦਿਖਾ ਕੇ ਲੈ ਕੇ ਆਏਗੀ। ਉਹ ਬਹੁਤ ਅੱਛੀ ਤਰ੍ਹਾਂ ਸਿੱਖ ਰਹੇ, ਉਨਕੋ ਜੋ ਵੀ ਸਿਖਾਉਣਾ ਚਾਹਤੇ ਉਹ ਪ੍ਰੋਪਰ ਸਿੱਖ ਰਹੇ ਹੈ। ਉਨਕੀ ਜੋ ਔਰਤੇ ਹੈ ਉਨਕੋ ਮੈਨੇ ਬੋਲਾ ਕਿ ਵੀ ਆਪ ਇਤਨੇ 20 ਸਾਲ ਮੈਂ ਆਪਣੇ 3-3 ਬੱਚੇ ਹੈ, ਤੇ ਉਹਨਾਂ ਨੇ ਬੋਲਾ ਕਿ ਹਮੇ ਮਾਲੂਮ ਨਹੀਂ ਥਾ, ਮਾਤਾ ਜੀ ਫਿਰ ਆਨੇ ਵਾਲੇ ਟਾਈਮ ਮੇਂ ਹਮ ਬੱਚੋਂ ਕੋ ਪੜ੍ਹਾਏਗੇ, ਆਪ ਹਮਾਰੇ ਸਾਥ ਖੜੇ ਨਾ, ਹਮ ਆਪਣੇ ਬੱਚੋਂ ਕੋ ਅਫਸਰ ਬਣਾਏਗੇ। ਹਮੇ ਉਹ ਚੀਜ਼ ਬਹੁਤ ਅੱਛੀ ਲੱਗੀ ਕਿ ਚਲੋ ਹਮ ਇਸ ਕੰਮ ਕਾ ਕੰਮ ਜ਼ਰੂਰ ਕਰ ਰਹੇ, ਲੇਕਿਨ ਜੇ ਉਨਕੀ ਜੋ ਪ੍ਰੋਬਲਮ ਹੈ ਉਨਕੀ ਵੋ ਖਤਮ ਹੋਏਗੀ। ਦੂਸਰੀ ਬਾਤ, ਆਜ ਹਮ ਜਹਾਂ ਬੈਠੇ ਹਾਂ ਉਸਕਾ ਮੇਰੇ ਕੋ ਕੁਸ਼ਚਨ ਪੁੱਛੋ ਕਿ ਆਪ ਅੱਜ ਹਮ ਸਭ SGPC ਕੇ ਆਫਿਸ ਮੇਂ ਬੈਠੇ ਹਾਂ, ਹੈ ਨਾ, ਤੇ SGP ਆਫਿਸ ਮੇਂ ਆਜ ਕੁਛ ਦਿਨ ਪਹਿਲੇ ਹਮਨੇ ਉਧਰ ਸੇ ਬਾਏ ਪੋਸਟ ਇਹਦੇ ਮੈਨੇ ਲੈਟਰ ਲੈ ਕੇ ਭੇਜੀ ਥੀ ਕਿ ਐਸੇ ਐਸੇ ਹਮ ਸਿਗਲੀਗਰ ਸਮਾਜ ਕੇ ਲਈ ਕੰਮ ਕਰ ਰਹੇ ਹੈ, ਔਰ ਹਮਾਰੇ ਪਾਸ ਬਹੁਤ ਸਰਵੇ ਹੈ, ਤਾਂ ਹਮ ਚਾਹਤੇ ਹਾਂ ਕਿ ਆਪ ਜਾ ਕੇ ਉਨ ਲੋਕੋਂ ਕੋ ਦੇਖੋ, ਉਨ ਲੋਕੋਂ ਕੀ ਮਦਦ ਕਰੋ। ਤੋ ਫਿਰ ਆਜ ਹਮ ਪੰਜਾਬ ਆਏ ਥੇ ਔਰ ਇਨਸੇ ਫੋਨ ਕਰਕੇ ਮੈਨੇ ਟਾਈਮ ਮੰਗਾ, ਤੋ ਅਭੀ ਸਿੰਘ ਸਾਹਿਬ ਆਪਕੋ ਇੰਟਰਵਿਊ ਦੇ ਕੇ ਗਏ, ਉਹਨੇ ਬਹੁਤ ਖੁੱਲੇ ਦਿਲ ਸੇ ਹਮਾਰਾ ਸਵਾਗਤ ਕੀਆ। ਹਮੇ ਡਰ ਲੱਗ ਰਿਹਾ ਥਾ ਕਿ ਜੈਸੇ ਅਭੀ ਨਿਊਜ਼ ਸੇ ਦੇਖਤੇ ਕਿ SGPC ਐਸੀ ਹੈ, SGPC ਐਸੀ, ਕੋਈ ਮਾਲੂਮ ਨਹੀਂ ਕੋਈ ਉੱਧਰ ਜਾ ਕੇ ਹਮਾਰੀ ਬਾਤ ਵੀ ਸੁਣੇਗਾ ਕਿ ਨਹੀਂ ਸੁਣੇਗਾ, ਕਿ ਹਮ ਤਾਂ ਛੋਟੇ ਸੇ ਲੋਕ ਹੈ। ਲੇਕਿਨ ਉਨ ਲੋਕੋਂ ਨੇ ਇਤਨਾ ਜਾਨੂ ਨੇ ਆ ਕੇ ਕਿ ਇੱਕ ਔਰਤ ਹੋ ਕੇ ਇਤਨਾ, ਮੈਂ ਨਹੀਂ ਬੋਲਤੀ ਕਿ ਮੈਂ ਬਹੁਤ ਅੱਛਾ ਕੰਮ ਕਰ ਰਹੀ, ਲੇਕਿਨ ਉਨਕੀ ਨਜ਼ਰ ਵਿੱਚ ਲਗਾ ਕਿ ਇੱਕ ਔਰਤ ਹੋ ਕੇ ਹੁਣ ਬੱਚੋਂ ਕੇ ਲੀਏ ਕੰਮ ਕਰ ਰਹੀ ਹੈ, ਔਰ ਗੁਰਦੁਆਰੇ ਕੀ ਸੰਸਥਾ ਜੋ ਜਿਸਮੇ ਬਹੁਤ ਬੜਾ ਯੋਗਦਾਨ ਔਰਤੋਂ ਕਾ ਬਹੁਤ ਕੰਮ ਹੋਤਾ, ਲੇਕਿਨ ਉਧਰ ਵੀ ਇੱਕ ਨਹੀਂ ਕਿਤਨੀ ਔਰਤੇ ਹਮਾਰੀ ਕਮੇਟੀ ਕੇ ਅੰਦਰ ਹੈ। ਫਿਰ ਆਜ ਉਹਨੇ ਉਨ ਸਮਾਜ ਕੇ ਲੀਏ ਅੱਜ ਹਮ ਜਗ੍ਹਾ ਲੈਣੇ ਜਾ ਰਹੇ ਪਟੌਦਾ ਮੇਂ, ਸਿਗਲੀਗਰ ਸਮਾਜ ਕੇ ਲੀਏ, ਉਸ ਗਾਓਂ ਕੇ ਲੀਏ, ਉਸਕੇ ਲੀਏ ਉਨ ਲੋਕੋਂ ਨੇ ਆਜ 1 ਲੱਖ ਰੁਪਏ ਕਾ ਹਮੇਂ ਚੈੱਕ ਦੀਆ। ਫਿਰ ਇਨ ਲੋਕੋਂ ਕੋ ਬੈਠੇ ਬੈਠੇ ਮੈਨੇ ਬੋਲਾ ਕਿ 550 ਸਾਲਾਂ ਜੈਸੇ ਸਭ ਦੁਨੀਆ ਬੜੀ ਧੂਮਧਾਮ ਸੇ ਮਨਾ ਰਹੀ ਹੈ, ਤੇ ਹਮ ਉਨ ਸਿਗਲੀਗਰ ਸਮਾਜ ਕੇ ਲੀਏ ਜਗ੍ਹਾ ਲੈਣੇ ਜਾ ਰਹੇ 550 ਸਾਲ ਕੇ ਲੀਏ। ਉਨ ਲੋਕੋਂ ਨੇ ਤੁਰੰਤ ਮੀਟਿੰਗ ਕਰਕੇ ਤੇ ਉਨ ਲੋਕੋਂ ਕੇ ਲੀਏ ਜੋ ਹਮ 7 ਲੱਖ ਕੀ ਜਗ੍ਹਾ ਲੈਣੇ ਜਾ ਰਹੇ, ਤੇ ਉਸਮੇ 1 ਲੱਖ ਇਹਨੂੰ ਯੋਗਦਾਨ ਦੀਆ। ਫਿਰ ਉਹਨਾਂ ਨੇ ਜੇ ਮੈਨੇ ਬੋਲਾ ਕਿ ਮੇਰੇ ਕੋਲ ਟੀਚਰ ਚਾਹੀਏ, ਮੈਂ ਟੀਚਰ ਮੇਰੇ ਪਾਸ ਹੈ, ਲੇਕਿਨ ਮੈਂ ਪੇ ਨਹੀਂ ਦੇ ਸਕਦੀ ਉਸ ਟੀਚਰ ਕੋ, ਇਨ ਲੋਕੋਂ ਬਸ ਜਾ ਰਹੇ ਸਿੱਖੋ ਕੋ ਸਿਗਲੀਗਰ ਸਮਾਜ ਕੋ ਪੰਜਾਬੀ ਪੜ੍ਹਾਉਣ ਕੇ ਲੀਏ। ਫਿਰ ਉਹਨਾਂ ਨੇ ਵੋ ਵੀ ਆਜ ਐਪਲੀਕੇਸ਼ਨ ਮੈਂ ਅਭੀ ਬਾਏ ਹੈਂਡ ਲੈ ਕੇ ਦੀ ਹੈ, ਵੋ ਵੀ ਉਹਨਾਂ ਨੇ ਰਿਸੀਵ ਕਰ ਲਈ ਹੈ ਕਿ ਹਮ ਟੀਚਰ ਕਾ ਵੀ ਕੰਮ ਕਰੇਗੇ। ਕਾਫੀ ਚੀਜ਼ਾਂ ਉਹਨਾਂ ਨੇ ਮੇਰੇ ਸੇ ਲਿਖਵਾ ਕੇ ਲੀਏ ਕਿ ਜੇ ਹੋ ਸਕਦਾ ਤੇ ਹਮ ਆ ਕੇ ਪੂਰਾ ਚੈੱਕ ਕਰੇਂਗੇ, ਹਮ ਆਪਕੇ ਸਾਥ ਕੰਧੇ ਕੇ ਸਾਥ ਕੰਧਾ ਮਿਲਾ ਕੇ ਖੜੇ ਹੋਣਗੇ। SGPC ਜੋ ਕਿ ਇੱਕ ਐਸੀ ਸੰਸਥਾ ਹੈ ਜੋ ਪੰਜਾਬ ਨੇ ਹਿੰਦੁਸਤਾਨ ਨੇ ਆਪਣੇ ਪੈਰ ਪਸਾਰੇ ਹੋਏ, ਮਿਹਨਤ ਕਰ ਰਹੀ ਹੈ, ਹਰ ਤਰਫ ਸੇ ਕੋਈ ਵੀ ਪੇਸ਼ੈਂਟ ਆਤਾ ਹੈ ਉਨਕੇ ਪਾਸ, ਕੋਈ ਵੀ ਐਸਾ ਬੱਚਾ ਆਤਾ ਹੈ ਪੜ੍ਹਾਈ ਮੇਂ, ਜੈਸੇ ਇਹਨਾਂ ਨੇ ਕਿ ਸਾਫ ਸੁਥਰੇ ਬੱਚੋਂ ਕੋ ਹਮ ਲੋਕ ਸਟੱਡੀ ਮੇਂ ਵੀ ਆਗੇ ਲੇਕਰ ਜਾਤੇ ਹੈ, ਤੋ ਇਸਕਾ ਮਤਲਬ ਇਹ ਹੈ ਕਿ ਅਗਰ ਆਪਕੋ ਯਹਾਂ ਆਏ ਤੋ ਆਪਕੋ ਐਸਾ ਨੈਟਵਰਕ ਮਿਲਾ ਔਰ ਆਪਕੇ ਮਨ ਮੇਂ ਵੀ ਜੋ ਸ਼ਰਧਾ ਹੈ ਡਬਲ ਹੋ ਗਈ। ਨਹੀਂ, ਮੇਰੇ ਕੋ ਖੁਸ਼ ਹੋਈ, ਲੇਕਿਨ ਮੇਰੇ ਕੋ ਡਰ ਲੱਗ ਰਿਹਾ ਥਾ ਕਿ ਮਾਲੂਮ ਨਹੀਂ ਜੈਸੇ ਅਭੀ ਦੇਖ ਰਹੇ ਸਭ ਹੈ ਨਾ ਐਸਾ, ਤੇ ਲੇਕਿਨ ਉਨ ਲੋਕੋਂ ਨੇ ਜੈਸੇ 550 ਸਾਲ ਉਹਨਾਂ ਨੇ ਮੇਰੇ ਕੋ ਪੁੱਛਿਆ ਕਿ ਆਪ ਉਧਰ ਆਪਣੇ ਗੁਰੂ ਨਾਨਕ ਦਰਬਾਰ ਮੇਂ ਕਿਆ ਕਰ ਰਹੇ, ਤਾਂ ਹਮਨੇ ਬੋਲਾ ਕਿ ਨਹੀਂ ਹਮਾਰੀ ਸੰਗਤ ਜਿਤਨਾ ਬਜਟ ਹੋਤਾ ਹੈ ਉਧਰ ਸਿਗਲੀਗਰ ਸਮਾਜ ਕੇ ਲਈ ਛੋਟੇ ਛੋਟੇ ਕੰਮ ਕਰ ਰਹੇ, ਤੇ ਉਹਨਾਂ ਨੇ ਮੇਰੇ ਕੋ ਜੇ ਵੀ ਬੋਲਿਆ ਕੋਈ ਬਾਤ ਨਹੀਂ, ਜੇ ਆਪਕੇ ਮਨ ਮੇਂ ਇੱਛਾ ਹੈ ਨਾ ਕਿ ਆਪ ਪ੍ਰੋਗਰਾਮ ਕਰਾਉਣਾ ਚਾਹਤੇ
कि हमें अच्छा लगा कि आज पहली बार आए थे तो जैसे सुना था, लेकिन वो ऐसा नहीं है। वो लोगों ने बहुत बड़े मन से खुले हाथों से हमारा स्वागत किया और उन्होंने मेरे को ये बोला कि हम तेरे साथ खड़े हैं, जितना काम करना करो, जिधर आपको जरूरत है। अभी आज से 1 लाख उन बच्चों के लिए दिया है, लेकिन हम आपके चैनल के थ्रू ये लोगों को बताना चाहते हैं कि पहली बार हमने किसी से पैसा मांगा है, मांगा नहीं है। उन्होंने बोला कि आपकी संस्था जो एचपीसी है, तो हम तभी बहुत काम दे रहे हैं, आप जगह खरीदो, जब मकान बनाओगे कुछ करोगे, हम आपके साथ आके वो काम करेंगे। हमें बहुत अच्छा लगा। मैं आज आपके माध्यम से पूरी जो आज कमेटी हमें मिली है एचपीसी का पूरा धन्यवाद करना चाहते हैं। थैंक यू।